अस्सलामुअलैकुम। मौसम बहुत अच्छा वे, मैं थोड़ा जब बाहर निकल आई, इन्ना प्यारा प्यार लगता वे ना आसमान, बहुत खूबसूरत शेड आ रहे ने। हवा च ठंडक हैगी है, और मैं फिर भी निकल आई हूँ। मैं कहनी चलो थोड़ा जहा ताज़ी हवा जड़ी है ना, वो कहते हैं ताज़ी हवा के मज़े ले लेंगे, लेकिन हवा ठंडा खासी ठंडक है। ऐ देखो पिछो इन्ना प्यारा लगता पिया आसमान कि दिल कर रहा है कि बस ऐसा मंजर कौन चाहेगा कि मैं बाहर निकल के ना देखा या मैनू नज़र ना आवे, कितना खूबसूरत पिया लगता वे। कोई तो है जो निजाम हस्ती चला रहा है, वही खुदा है, वही खुदा है, वही खुदा है। दिखाई ना दे नजर में भी जो समा रहा है, वही खुदा है, वही खुदा है, वही खुदा है। खासी ठंडक, बस हूँ मैं अंदर जावांगी क्योंकि बस मैं एकदम मैं जो देख नहीं आना कुदरत का हुसन अल्लाह ताला दा ऐसा, क्योंकि यह जगह साडा हिल एरिया वे, तुसी देख के भी शायद मैं तुहानू दिखानी आ पिछों। ਇਹ ਦੇਖੋ ਇਹ ਸਾਰਾ ਨਾ ਹਿਲ ਏਰੀਆ ਵੇ ਸਾਡਾ, ਅਤੇ ਉਹ ਫਿਰ ਉੱਚੀ ਜਗ੍ਹਾ ਹੁੰਦਾ ਹੈ, ਬਸ ਫਾਇਦਾ ਹੁੰਦਾ ਕਿ ਇੱਕ ਤਾਂ ਤੁਹਾਨੂੰ ਸਾਰੀ ਚੀਜ਼ਾਂ ਬੜੀਆਂ ਸਾਫ਼ ਔਰ ਵਾਜ਼ੇ ਨਜ਼ਰ ਆ ਰਹੀਆਂ ਹੁੰਦੀਆਂ ਨੇ, ਔਰ ਦੂਸਰਾ ਹੁੰਦਾ ਵੀ ਕਿ ਰੋਜ਼ਾਨਾ ਇਹ ਆਸਮਾਨ ਦੇ ਸ਼ੇਡਸ ਜਿਹੜੇ ਨੇ ਬਿਲਕੁਲ ਰੰਗ ਬਦਲਦੇ ਨੇ, ਕਦੀ ਕੋਈ ਸ਼ੇਡ ਹੋ ਜਾਂਦਾ, ਕਦੀ ਕੋਈ ਸ਼ੇਡ ਹੋ ਜਾਂਦਾ, ਅਤੇ ਮੈਨੂੰ ਇੰਨਾ ਪਿਆਰਾ ਲੱਗਦਾ ਕਿ ਫਿਰ ਮੈਂ ਰਹਿ ਨਹੀਂ ਸਕਦੀ, ਖਿੜਕੀ ਵਿੱਚੋਂ ਤਾਂ ਦੇਖਦੀ ਰਹਿੰਦੀ ਹਾਂ। ਲੇਕਿਨ ਬਾਅਦ ਦਫ਼ਾ ਇਸ ਤਰ੍ਹਾਂ ਹੁੰਦਾ, ਦੇਖੋ ਉਸ ਦਿਨ ਮੈਂ ਦਿਖਾਇਆ ਸੀ ਔਰੇਂਜ ਸ਼ੇਡ ਨੁਮਾਇਆ ਸੀ, ਔਰ ਅੱਜ ਤੁਸੀਂ ਦੇਖੋ ਕਿ ਗ੍ਰੇ ਦੇ ਨਾਲ ਬਿਲਕੁਲ ਸਾ ਯੈਲੋ ਸ਼ੇਡ ਆ ਰਿਹਾ, ਔਰ ਇੰਨਾ ਪਿਆਰਾ ਸਮਾਨ, ਮਤਲਬ ਰੋਜ਼ਾਨਾ ਜਿਹੜਾ ਨਾ ਇੱਕ ਨਵਾਂ ਸ਼ੇਡ ਆਉਂਦਾ ਸਾਡੇ ਇਸ ਏਰੀਏ 'ਚ, ਅਤੇ ਮੈਨੂੰ ਫਿਰ ਇੰਨਾ ਅੱਛਾ ਲੱਗਦਾ, ਅਤੇ ਮੇਰਾ ਦਿਲ ਕਰਦਾ ਕਿ ਫਿਰ ਮੈਂ ਤੁਹਾਨੂੰ ਨਾਲ ਸ਼ਾਮਿਲ ਕਰਾਂ। ਸ਼ਾਮ ਦਾ ਟਾਈਮ ਹੈ, ਹੁਣ ਪਰਿੰਦੇ ਵੀ ਜਿਹੜੇ ਨੇ ਦੇਖੋ ਕਿਸ ਤਰ੍ਹਾਂ ਹੁਣ ਨਾ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ, ਥੋੜ੍ਹੀ ਦੇਰ ਤੱਕ ਪਰਿੰਦੇ ਵੀ ਸਾਰੇ ਜਿਹੜੇ ਨੇ ਇਹ ਆਪਣਾ ਨਾ ਇਕੱਠੇ ਹੋਣਗੇ, ਔਰ ਫਿਰ ਇਹਨਾਂ ਦੀ ਨਾ ਪੂਰਾ ਇੱਕ ਝੁੰਡ ਜਿਹਾ ਬਣਦਾ ਵੇ, ਕੋਈ ਇੱਧਰੋਂ ਟੋਲੀ ਆਉਂਦੀ ਹੈ, ਕੋਈ ਇੱਧਰੋਂ ਟੋਲੀ ਆਉਂਦੀ ਹੈ, ਫਿਰ ਪੂਰਾ ਝੁੰਡ ਜਿਹੜਾ ਵੇ ਕੀ ਕਹਿੰਦੇ ਨੇ ਫਿਰ ਆਪਣੇ ਠਿਕਾਣਿਆਂ 'ਤੇ ਜਾਂਦੇ ਨੇ। ਅਤੇ ਹੁਣ ਮਗਰਿਬ ਹੋਣ ਵਾਲੀ ਹੈ, ਥੋੜ੍ਹਾ ਮਗਰਿਬ ਤੋਂ ਪਹਿਲੇ ਟਾਈਮ ਹੈ, 15 ਮਿੰਟ ਹੈਗੇ ਨੇ ਹਲੇ ਮਗਰਿਬ ਵਿੱਚ, ਅਤੇ ਇਹ ਸੂਰਜ ਗਰੂਬ ਹੋ ਰਿਹਾ ਵੇ, ਆਸਮਾਨ ਸਾਫ਼ ਹੈ, ਅੱਜ ਧੁੱਪ ਨਿਕਲੀ ਸੀ ਅਲਹਮਦੁਲਿਲਾ, ਅੱਜ ਧੁੱਪ ਨਿਕਲੀ, ਕਾਫੀ ਜਿਹੜਾ ਨਾ ਅੱਛਾ ਦਿਨ ਸੀ, ਲੇਕਿਨ ਠੰਡਕ ਹਲੇ ਬਰਕਰਾਰ ਹੈ। ਧੁੱਪ ਹੁੰਦਾ ਹੈ ਮਤਲਬ ਨਹੀਂ ਹੈ ਕਿ ਤੁਸੀਂ ਧੁੱਪ ਸੇਕਣ ਲੱਗ ਜਾਵੋ, ਇੱਥੇ ਧੁੱਪ ਵਿੱਚ ਵੀ ਬੜੀ ਠੰਡਕ ਹੁੰਦੀ ਹੈ, ਅਤੇ ਬਸ ਹੁਣ ਸਰਦੀ ਲੱਗ ਰਹੀ ਹੈ ਮੈਨੂੰ, ਮੈਂ ਅੰਦਰ ਦੌੜਾਂ ਇੱਥੋਂ, ਅਤੇ ਕਿਉਂਕਿ ਜਿਵੇਂ ਜਿਵੇਂ ਹੁਣ ਟਾਈਮ ਗੁਜ਼ਰਦਾ ਜਾਣਾ ਨਾ, ਇਹ ਸ਼ੇਡਸ ਬਦਲਦੇ ਜਾਣੇ ਨੇ। ਸਾਹਮਣੇ ਦੇਖੋ, ਸਾਹਮਣੇ ਕਿੰਨਾ ਖੂਬਸੂਰਤ ਐਸਾ ਆਸਮਾਨ, ਤਾਂ ਕਹਿੰਦੀ ਸੁਭਾਨ ਅੱਲਾ ਕਿ ਅੱਲਾਹ ਤਾਲਾ ਦੀ ਅਸੀਂ ਕਿਹੜੇ ਕਿ ਬਗੈਰ ਸਤੂਨਾਂ ਦੇ ਉੱਪਰ ਆਸਮਾਨ ਖੜ੍ਹਾ ਵੇ, ਔਰ ਇੰਨਾ ਖੂਬਸੂਰਤ ਮੰਜ਼ਰ ਕਿ ਇਨਸਾਨ ਦੇਖ ਕੇ ਬਸ ਦੰਗ ਰਹਿ ਜਾਏ। ਦੇਖੋ ਪਿੱਛੇ ਮੈਂ ਘੁੰਮਾ ਰਹੀ ਹਾਂ, ਪਿੱਛੇ ਜਿਹੜਾ ਵੇ ਪਿੱਛੇ ਵੀ ਸ਼ੇਡ ਆ ਰਹੇ ਨੇ, ਅਤੇ ਅੱਗੇ ਵੀ ਆ ਰਹੇ ਨੇ, ਅਤੇ ਚਲੋ ਬਈ ਹੁਣ ਮੈਂ ਅੰਦਰ ਚੱਲਦੀ ਹਾਂ। ਮੁਸਤਫਾ ਨੂੰ ਮੈਂ ਕਿਹਾ ਸੀ ਕਿ ਮੁਸਤਫਾ ਆ ਜਾ ਮੇਰੇ ਨਾਲ, ਪਰ ਮੁਸਤਫਾ ਜਿਹੜਾ ਨਾ ਅੱਜ ਥੋੜ੍ਹਾ ਵਰਨਾ ਆ ਜਾਂਦਾ ਮੇਰੇ ਨਾਲ, ਪਰ ਅੱਜ ਥੱਕਿਆ ਹੋਇਆ ਮੈਨੂੰ ਲੱਗਦਾ ਹੈ, ਸੋ ਗਿਆ ਵੀ। ਇਹ ਸਾਹਮਣੇ ਦੋ ਪਰਿੰਦੇ ਨਜ਼ਰ ਆ ਰਹੇ ਨੇ, ਅੱਲਾਹ ਤਾਲਾ ਨੇ ਇਹਨਾਂ ਨੂੰ ਐਸਾ ਦਿੱਤੇ ਨੇ, ਪਰ ਦਿੱਤੇ ਹੁੰਦੇ ਨੇ ਕਿ ਇਹ ਦੇਖੋ ਮੌਸਮ ਦੀ ਸਖਤੀ ਵੀ ਬਰਦਾਸ਼ਤ ਕਰਦੇ ਨੇ, ਅਤੇ ਕਿੰਨੀ ਠੰਡਕ ਹੈ, ਪਰ ਆਰਾਮ ਦੇ ਨਾਲ ਆਪਣਾ ਕਰ ਰਹੇ ਨੇ। ਦੇਖੋ ਤੁਹਾਨੂੰ ਮੈਂ ਦਿਖਾਉਂਦੀ ਹਾਂ, ਕਹਿ ਵੀ ਇਹ ਕਿੱਦਾਂ ਰਹੇ,
मैं देखो परिंदे जिहड़े ना आसमान दे उपर शायद नज़र आ रहे होण। इह शाम दा टाइम है ना, हुण सारे इकट्ठे होणगे, इन्ना प्यारा मंजर होंदा। मैं कोशिश कर रही हाँ कि अगर मैनू मैं कैच कर सकी ते, परसों मैं खिड़की विच बैठी सां, मैं देखिया, मैं इन्नी हैरान हुई कि सारे इकट्ठे लाइन बनाउंदे ने।